ਮੇਰਾ ਨਾਂ ਜੀ ਰਾਜੂ ਹੈ, ਧਾਰੀਵਾਲ ਤੋਂ, ਅਤੇ ਮੇਰਾ ਬੇਟਾ ਸੂਰਜ ਹੈ। ਮੈਨੂੰ 3-4 ਮਹੀਨੇ ਤੋਂ ਲਗਾਤਾਰ ਰੈੱਡ ਕਰਾਸ ਸਰ ਗੁਰਦਾਸਪੁਰ 'ਚ ਐਡਮਿਟ ਕਰਾਇਆ ਜੀ, ਅਤੇ ਉੱਥੇ ਦਵਾਈ ਚੱਲ ਰਿਹਾ ਵਾ। ਇਹ ਕ੍ਰਿਸਮਿਸ ਦੀ ਛੁੱਟੀ 'ਤੇ ਉਹਨਾਂ ਨੂੰ ਮੈਡਮ ਦੱਸ ਕੇ ਵੀ ਇੱਕ ਦਿਨ ਵੀ ਮੈਂ ਆਇਆ, ਕ੍ਰਿਸਮਿਸ ਆ ਛੁੱਟੀ ਆਇਆ ਸੀ। ਛੁੱਟੀ ਆਉਣ ਤੋਂ ਬਾਅਦ ਇਹ ਚਲਾ ਗਿਆ ਬਟਾਲੇ, ਉੱਥੇ ਪਤਾ ਕੀ ਘਟਨਾ ਹੋਈ ਆ, ਨਸ਼ੇ ਦਾ ਜਿਹੜਾ ਕੈਂਪ ਕਹਿੰਦੇ ਆ ਜਿੱਥੇ, ਉੱਥੇ ਬਹੁਤ ਜ਼ਿਆਦਾ ਨਸ਼ੇ ਵਿਕ ਰਹੇ ਨੇ, ਕੋਈ ਕੰਟਰੋਲ ਨਹੀਂ ਉੱਥੇ ਹੈਗਾ। ਅਤੇ ਇਹ ਕੈਂਪ ਹੈ ਜੀ ਬਟਾਲਾ, ਬਟਾਲਾ ਕੈਂਪ ਜੀ। ਅਤੇ ਇਹ ਮੈਨੂੰ ਕੁਆਲਟੀ ਵਾਲੇ ਵਿੱਕੀ ਨੇ ਆ ਕੇ ਆਪਣੇ ਮੋਬਾਈਲ ਤੋਂ ਦੱਸਿਆ ਵਾ ਕਿ ਉਹ ਜਾਣਦੇ ਪਛਾਣਦੇ ਇਹਨੂੰ। ਉਹਨੇ ਦੱਸਿਆ ਕਿ ਇਹ ਤੁਹਾਡਾ ਬੇਟਾ ਸੂਰਜ ਹੈ ਰਾਜੂ ਭਾਅ ਜੀ, ਕਿ ਇਹਨੂੰ ਜਾ ਕੇ ਇਸ ਤਰ੍ਹਾਂ ਗੱਲ ਹੋ ਗਈ ਆ, ਜਾ ਕੇ ਲੈ ਆਓ। ਅਸੀਂ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਮੇਰਾ ਬੱਚਾ ਚਲੋ ਗਿਆ ਵਾ, ਆਉਣ ਵਾਲੇ ਜਿੰਨੇ ਵੀ ਬੱਚੇ ਆ ਸਾਰੇ ਬਚਾਏ ਜਾਣ। ਮੈਂ ਇੰਦਰਜੀਤ ਕਾਲਾ, ਸਾਡੇ ਤਾਏ ਦਾ ਬੇਟਾ ਸੀ, ਉਹਨਾਂ ਦਾ ਬੇਟਾ ਸੀ ਸੂਰਜ, ਜਿਸ ਦੀ ਤਕਰੀਬਨ 22-23 ਸਾਲ ਉਮਰ ਸੀ। ਉਹ ਰੈੱਡ ਕਰਾਸ ਹੋਸਪਿਟਲ ਦੇ ਵਿੱਚ ਉਹਨਾਂ ਨੂੰ ਐਡਮਿਟ ਬਤੌਰ ਉਹਨਾਂ ਦੇ ਟ੍ਰੀਟਮੈਂਟ ਵਾਸਤੇ ਭਰਤੀ ਕਰਵਾਇਆ ਸੀ, ਔਰ ਕ੍ਰਿਸਮਿਸ ਡੇ ਦੀ ਛੁੱਟੀ ਵਾਸਤੇ ਆਇਆ ਸੀ 2 ਦਿਨ ਵਾਸਤੇ, ਔਰ ਆਪਣੇ ਫਾਦਰ ਸਾਹਿਬ ਕੋਲ ਪੈਸੇ ਲੈ ਕੇ ਗਿਆ ਕਿ ਮੈਂ 2 ਮਿੰਟ ਬਾਜ਼ਾਰ ਜਾਣਾ, ਔਰ ਬਟਾਲੇ ਚਲ ਗਿਆ। ਬਟਾਲੇ ਜੋ ਕਿ ਕੈਂਪ ਦੇ ਵਿੱਚ ਨਸ਼ੇ ਦਾ ਬਾਜ਼ਾਰ ਜੋ ਸ਼ਰੇਆਮ ਨੰਗਾ ਨਾਚ ਰਚਾ ਰਿਹਾ ਹੈ, ਸਰਕਾਰ ਤਾਂ ਕਹਿੰਦੀ ਆ ਵੀ ਆਪਾਂ ਨਸ਼ੇ 'ਤੇ ਕਾਬੂ ਪਾ ਲਈ ਆ, ਪਰ ਨਸ਼ੇ 'ਤੇ ਕੋਈ ਕਾਬੂ ਨਹੀਂ ਪਾਈ, ਨਸ਼ਾ ਵਧਿਆ ਵਾ ਘਟਿਆ ਨਹੀਂ ਆ। ਤਾਂ ਕਿ ਉਹ ਪਿਛਲੀਆਂ ਸਰਕਾਰਾਂ 'ਤੇ ਇਹ ਕਹਿੰਦੇ ਸੀ ਵੀ ਆਪਾਂ ਨਸ਼ੇ 'ਤੇ ਕਾਬੂ ਪਾਵਾਂਗੇ, ਧੜਾ ਧੜ ਨਸ਼ਾ ਵਿਕ ਰਿਹਾ। ਇਹ ਨਸ਼ੇ ਦਾ ਜਿਹੜਾ ਵਾ ਇੱਕ ਨੰਗਾ ਨਾਚ ਆ, ਇੱਕ ਮਾਂ ਦਾ ਪੁੱਤ ਖੋਇਆ ਗਿਆ ਵਾ, ਪਿਓ ਦਾ ਸਹਾਰਾ ਸੀ, ਔਰ ਛੋਟੀ ਛੋਟੀ ਉਮਰ 'ਚ ਹੀ ਉਹ ਆਪਣੇ ਪ੍ਰਾਣ ਜਿਹੜੇ ਆ ਹੱਥ ਧੋ ਬੈਠਾ। ਮੈਂ ਸਰਕਾਰ ਗਾੜੀ ਭਗਵੰਤ ਮਾਨ ਸਾਹਿਬ ਗਾੜੀ ਬੇਨਤੀ ਕਰਦਾ ਕਿ ਮਾਨ ਸਾਹਿਬ ਦਾਅਵੇ ਤਾਂ ਬਹੁਤ ਬਹੁਤ ਵੱਡੇ ਕੀਤੇ ਆ, ਪਰ ਬਟਾਲੇ ਦੇ ਵਿੱਚ ਸਮਾਇਕ ਇਸ ਤਰੀਕੇ ਨਾਲ ਵਿਕ ਰਹੀ ਆ ਵੀ ਜਿਸ ਤਰ੍ਹਾਂ ਕਿ ਡੀਪੂਆਂ 'ਤੇ ਚਿੱਟਾ ਆਮ ਹੋ ਗਿਆ ਹੈ। ਮੈਂ ਬੇਨਤੀ ਕਰਾਂਗਾ ਮਾਨ ਸਰਕਾਰ ਗਾੜੀ ਵੀ ਚਲੋ ਇੱਕ ਮਾਂ ਦਾ ਪਿਓ ਦਾ ਪੁੱਤ ਤਾਂ ਖੋਇਆ ਗਿਆ, ਪਰ ਬਾਕੀ ਜਿਹੜੇ ਨੇ ਨੌਜਵਾਨ ਵੀਰ ਮੇਰੇ ਉਹ ਆਪਣੇ ਜਾਨ ਦੀ ਰਾਖੀ ਕਰ ਸਕਣ। ਮੈਂ ਸਰਕਾਰ ਗਾੜੀ ਬੇਨਤੀ ਕਰਾਂਗਾ ਅਤੇ ਜਲਦ ਤੋਂ ਜਲਦ ਜਿਹੜੀ ਆ ਇਹ ਚਿੱਟੇ 'ਤੇ ਨੱਥ ਪਾਈ ਜਾਏ ਔਰ ਦੋਸ਼ੀਆਂ ਨੂੰ ਫੜ ਕੇ ਅੰਦਰ ਕੀਤਾ ਜਾਏ। ਧੰਨਵਾਦ।